ਸ਼ੰਭੂ ਬੋਰਡ ਤੇ ਕਿਸਾਨਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜੁਗਾਰ ਲਗਾਏ ਜਾ ਰਹੇ ਨੇ ਕਈ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਅੱਜ ਮੀਟਿੰਗ ਆ ਜਾਂ ਪਾਰਦੀ ਹੈ ਹੱਲ ਨਿਕਲ ਗਿਆ ਠੀਕ ਹੈ ਨਹੀਂ ਤਾਂ ਦਿੱਲੀ ਵੱਲ ਕੂਚ ਕਰਾਂਗੇ ਤੇ ਟਿਕਾ ਬਾਬਾ ਜੀ ਮਿਲੇ ਉਹਨਾਂ ਨੇ ਪਹਿਲਾਂ ਇਹ ਬੁਲਟ ਪ੍ਰੂਫ ਉਹ ਜੈਕਟ ਜਿਹੜੀ ਹੈ ਉਹ ਕਹਿ ਸਕਦੇ ਆ ਬੜਾਈ ਹੈ ਜੁਗਾਰ ਲਗਾਇਆ ਉਹਨਾਂ ਦਾ ਕਹਿਣਾ ਹੈ ਕਿ ਕੋਈ ਗੋਲੀ ਇਹਦੇ ਤੇ ਅਸਰ ਨਹੀਂ ਕਰੂਗੀ ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਔਲਾਦ ਤਾਂ ਉਹ ਮਹਾਰਾਜ ਆਪਣੇ ਆਪ ਹੀ ਕੋਈ ਨਾ ਕੋਈ ਆਈਡੀਆ ਦੇ ਦਿੰਦੇ ਆ ਇਹ ਕਿੰਨੀ ਕੁ ਮਤਲਬ ਸਟਰੋਂਗ ਹੈਗੀ ਹੈ ਇਹ ਤੇ ਇਹ ਬਹੁਤ ਸਟਰੋਂਗ ਹੈ ਜੀ ਇਹ ਹਾਰਡ ਸ਼ੀਟ ਹੈ ਜੀ ਐਲੂਮੋਨੀਅਮ ਦੀ ਕਿਸੇ ਦੋਸਤ ਨੇ ਸਾਡੀ ਹੈਲਪ ਵੀ ਕੀਤੀ ਆ ਕਿ ਇਦਾਂ ਦਾ ਕੋਈ ਜੁਗਾਰ ਲਾਈ ਆਪਾਂ ਨਹੀਂ ਮੇਰਾ ਆਪਣਾ ਇਹ ਆਈਡੀਆ ਹੈ ਜੀ ਜਿੰਨੀਆਂ ਨੂੰ ਫੇਲ ਕਰ ਦਿੱਤਾ ਤੈਨੂੰ ਚਲੋ ਉਹ ਤਾਂ ਜੀ ਪਰਮਾਤਮਾ ਦੀ ਹੈ ਜੀ ਕਿ ਕਹੋ ਕਿ ਮੈਂ ਤਾਂ ਪੁਰਾਣਾ ਵੀ ਇਹ ਪਾਸ ਬੰਦਾਂ ਜੀ ਤੇ ਮੈਂ ਜਦੋਂ ਉੱਥੇ ਹਸਪੀਟਲ ਰਾਜਪੁਰਾ ਜਾ ਕੇ ਜ਼ਖਮੀਆਂ ਦੀ ਹਾਲਤ ਦੇਖੀ ਤਾਂ ਬੜਾ ਮਨ 'ਚ ਦੁੱਖ ਆਇਆ ਔਰ ਮਨ ਆਇਆ ਕਿ ਕੋਈ ਐਸੀ ਚੀਜ਼ ਤਿਆਰ ਕਰੀਏ ਜਿਹਦੇ ਨਾਲੇ ਜਿਹੜੇ ਸ਼ਰਰੇ ਵਗੈਰਾ ਨੇ ਇਹ ਉਹਨਾਂ ਤੇ ਅਸਰ ਨਾ ਕਰੇ ਸ੍ਰੀ ਗੁਰੂ ਜੀ ਸਾਜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਰਵਿਤ ਹੰਜਲ ਤੁਹਾਡੇ ਨਾਲ ਇਸ ਵੇਲੇ ਹਾਜ਼ਰਾਂ ਜੀ ਸ਼ੰਭੂ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜੁਗਾੜ ਲਗਾਏ ਜਾ ਰਹੇ ਨੇ ਅੱਜ ਜਿੱਥੇ ਕਿ ਚੌਥੇ ਗੇਟ ਦੀ ਮੀਟਿੰਗ ਹੈ ਤਿੰਨ ਮੀਟਿੰਗਾਂ ਬੇਸਿੱਟਾ ਰਹੀਆਂ ਨੇ ਤੇ ਅੱਜ ਆਖਰੀ ਮੀਟਿੰਗ ਹੈ ਅਤੇ ਕਈ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਅੱਜ ਮੀਟਿੰਗ ਆਰ ਜਾਂ ਪਾਰਦੀ ਹੈ ਹੱਲ ਨਿਕਲ ਗਿਆ ਠੀਕ ਹੈ ਨਹੀਂ ਤੇ ਦਿੱਲੀ ਵੱਲ ਕੂਚ ਕਰਾਂਗੇ ਤੇ ਇੱਥੇ ਇੱਕ ਬਾਬਾ ਜੀ ਮਿਲੇ ਉਹਨਾਂ ਨੇ ਪਹਿਲਾਂ ਹੀ ਬੁਲਟ ਪ੍ਰੂਫ ਜੈਕਟ ਜਿਹੜੀ ਹੈ ਉਹ ਕਹਿ ਸਕਦੇ ਆ ਬੜਾਈ ਹੈ ਜੁ ਨਹੀਂ करूਗੀ ਇਸ ਵਾਸਤੇ ਇਹ ਮੈਂ ਬਣਾਈ ਹੈ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਿਮਾਗ ਚ ਆਇਆ ਕਿ ਐ ਇਦਾਂ ਦੀ ਚੀਜ਼ ਬਣਾਈ ਜਾਵੇ ਦੇਖੋ ਜੀ ਇਹ ਤਾਂ ਪਰਮਾਤਮਾ ਨੂੰ ਜਦੋਂ ਅਸੀਂ ਸਾਡੇ ਤੇ ਤਸ਼ੱਦਦ ਹੁੰਦਾ ਤਾਂ ਅਸੀਂ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਔਲਾਦ ਹਾਂ ਤਾਂ ਉਹ ਮਹਾਰਾਜ ਆਪਣੇ ਆਪ ਹੀ ਕੋਈ ਨਾ ਕੋਈ ਆਈਡੀਆ ਦੇ ਦਿੰਦੇ ਨੇ ਹਾਂਜੀ ਇਹ ਕਿੰਨੀ ਕੁ ਮਤਲਬ ਸਟਰੋਂਗ ਹੈਗੀ ਹੈ ਇਹ ਤੇ ਇਹ ਬਹੁਤ ਸਟਰੋਂਗ ਹੈ ਜੀ ਇਹ ਹਾਰਡ ਸ਼ੀਟ ਹੈ ਜੀ ਐਲੂਮੋਨੀਅਮ ਦੀ ਇਹਦੇ ਦੇ ਸਿਰਫ ਤਾਂ ਸਿਰਫ ਐਲ ਐਮ ਜੀ ਜਾਂ ਜਿਹੜੀ ਵੱਡੀ ਗੰਜ਼ ਨੇ ਉਹ ਅਸਰ ਕਰੂਗੀ ਬਾਕੀ ਜਿਹੜੇ ਆਹ ਬਲਾਸਟ ਹੈ ਛੋਟਾ ਜਾਂ ਸ਼ਰੇ ਵਗੈਰਾ ਨੇ ਜਾਂ ਜਿਹੜੀਆਂ ਇਹ ਪਲਾਸਟਿਕ ਦੀਆਂ ਗੋਲੀਆਂ ਮਾਰ ਰਹੀਆਂ ਉਹਦਾ ਬਿਲਕੁਲ ਅਸਰ ਨਹੀਂ ਹੋਊਗਾ ਇਹਦਾ ਨਹੀਂ ਦਿਮਾਗ ਚ ਤੁਸੀਂ ਕੱਲਿਆਂ ਨੇ ਦਿਮਾਗ ਲੜਾਇਆ ਜਾਂ ਕਿਸੇ ਦੋਸਤ ਨੇ ਤੁਹਾਡੀ ਹੈਲਪ ਵੀ ਕੀਤੀ ਆ ਕਿ ਇਦਾਂ ਦਾ ਕੋਈ जुगाੜ ਲਾਈ ਆ ਆਪਾਂ ਨਹੀਂ ਮੇਰਾ ਆਪਣਾ ਇਹ ਆਈਡੀਆ ਜੀ ਤਾਂ ਮੈਂ ਇੰਜੀਨੀਅਰਾਂ ਨੂੰ ਫੇਲ ਕਰ ਦਿੱਤਾ ਚਲੋ ਉਹ ਤਾਂ ਜੀ ਪ੍ਰਮਾਤਮਾ ਦੀ ਹੈ ਜੀ ਕਿ ਕਹੋ ਕਿ ਮੈਂ ਤਾਂ ਪੁਰਾਣਾ ਬੀਏ ਪਾਸ ਬੰਦਾ ਹਾਂ ਜੀ ਮੈਂ ਸਨ 76 ਦੇ ਵਿੱਚ ਬੀਏ ਐਮਏ ਪਾਸ ਇਅਰ ਪਾਸ ਹਾਂ ਜੀ ਤੇ ਇਸ ਕਰਕੇ ਸਾਸੀਂ ਥੋੜਾ ਜਿਹਾ ਦਿਮਾਗ ਰੱਖਦੇ ਆ ਤੇ ਮੇਰੇ ਬੈਠੇ ਉਸ ਦਿਨ ਜਦ ਮੈਂ ਦੇਖ ਰਿਹਾ ਸੀ ਮੇਰੇ ਅੱਖਾਂ ਚੋਂ ਅਥਰੂ ਆ ਰਹੇ ਸੀ ਕਿ ਮੇਰੇ ਜਿਹੜੇ ਛੋਟੇ ਬੱਚੇ ਨੇ ਜਾਂ ਮੇਰੇ ਭਰਾ ਨੇ ਉਹ ਕਿਵੇਂ ਜ਼ਖਮੀ ਹੋ ਰਹੇ ਨੇ ਤੇ ਮੈਂ ਜਦੋਂ ਉਹ ਤੇ ਹਸਪੀਟਲ ਰਾਜਪੁਰਾ ਜਾ ਕੇ ਜ਼ਖਮੀਆਂ ਦੀ ਹਾਲਤ ਦੇਖੀ ਤਾਂ ਬੜਾ ਮਨ ਚ ਦੁੱਖ ਆਇਆ ਔਰ ਮਨ ਆਇਆ ਕਿ ਕੋਈ ਐਸੀ ਚੀਜ਼ ਤਿਆਰ ਕਰੀਏ ਜਿਹਦੇ ਨਾਲੇ ਜਿਹੜੇ ਸ਼ਰੇ ਵਗੈਰਾ ਨੇ ਇਹ ਉਹਨਾਂ ਦੇ ਅਸਰ ਨਾ ਕਰਨਾ ਇੱਕ ਹੀ ਹੱਲੇ ਬਣਾਈਆਂ ਜਾਇ ਇਹਦੇ ਨਾਲ ਦੀਆਂ ਹੱਲੇ ਸੋ ਅੱਜ ਇੱਕ ਸਿੰਪਲ ਬਣਾ ਕੇ ਲਿਆਇਆ ਔਰ ਉਹ ਮੈਂ ਇੱਥੇ ਸਾਰੇ ਲੋਕਾਂ ਨੂੰ ਇਹ ਦਿਖਾ ਰਿਹਾ ਧੰਨਵਾਦ ਤੁਹਾਡੇ ਚੈਨਲ ਦਾ ਕਿ ਤੁਸੀਂ ਇਹ ਦਿਖਾਉਂਗੇ ਲੋਕਾਂ ਦੇ ਵਿੱਚ ਜਾਗਰਕਤਾ ਆਊਗੀ ਇਹ ਸੈਲਫ ਪ੍ਰੋਟੈਕਸ਼ਨ ਹੈ ਜੀ ਇਹ ਅੱਛਾ ਤੇ ਇਹ 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 ਇੱਥੇ ਇੱਥੇ ਤਾਂ ਗਲੇ ਤੱਕ ਹੈ ਜੀ ਇਹ ਇਹ ਥੱਲੇ ਔਰ ਇਹਦੇ ਥੱਲੇ ਹੋਰ ਵੀ ਅਸੀਂ ਲਾਵਾਂਗੇ ਜੀ ਜੋ ক্রিকেট ਪੈਡ ਨੇ ਅਸੀਂ ਉਹ ਬਾਹਾਂ ਤੇ ਔਰ ਲੱਤਾਂ ਦੇ ਉਹ ਬਨਾਂਗੇ ਔਰ ਅੱਖਾਂ ਵਾਸਤੇ ਇੱਕ ਸਪੈਸ਼ਲ ਐਨਕਾ ਆ ਰਹੀਆਂ ਨੇ ਧੂਏ ਤੋਂ ਉਹ ਅਸੀਂ ਤੇ ਕਚਰੇ ਵਗੈਰਾ ਤੋਂ ਉਹ ਸੇਫਟੀ ਸਾਡੀ ਕਰਨਗੇ ਜੀ ਤੋ ਅਥਰੋ ਗੈਸ ਦੇ ਕੋਲੇ ਸਿੱਟੇ ਸੀ ਨਾ ਤਾਂ ਅੱਖਾਂ ਤੋਂ ਦਿਖਦਾ ਸੀ ਨਾ ਸਾਹ ਆਉਂਦਾ ਸੀ ਨਾ ਬੋਲਿਆ ਜਾਂਦਾ ਸੀਗਾ ਫਿਰ ਜੁਗਾੜ ਕੱਢੇ ਗਏ ਸਾਰਿਆਂ ਦੇ ਵੱਲੋਂ ਮੂੰਹ ਤੇ ਕੱਪੜਾ ਬੰਨ ਲਓ ਕੱਪੜਾ ਗਿੱਲਾ ਕਰ ਲਓ ਜਦ ਬੰਬ ਜਦੋਂ ਆਉਂਦਾ ਹੈ ਸੱਟਦਾ ਉਹਦੇ ਤੇ ਹੀ ਸਿੱਧੀ ਬੋਰੀ ਪਾ ਦਿਓ ਤਾਂ ਹੁਣ ਇਹ ਵੱਖਰੇ ਤਰੀਕੇ ਦੀ ਤਕਨੀਕ ਤੁਸੀਂ ਲੈ ਕੇ ਆਏ ਹੋ ਔਰ ਉੱਥੇ ਹੀ ਅੱਜ ਜਿਹੜੀ ਹੈ 6ਵੇਂ ਮਤਲਬ 6ਵਾਂ ਦਿਨ ਹੋ ਗਿਆ ਕਿਸਾਨਾਂ ਦਾ 13 ਤਰੀਕ ਤੋਂ ਲੈ ਕੇ ਅੱਜ ਤੱਕ ਤੇ ਅੱਜ ਜਿਹੜੀ ਚੌਥੇ ਗੇੜ ਦੀ ਮੀਟਿੰਗ ਆ ਤੁਹਾਨੂੰ ਲੱਗਦਾ ਕੋਈ ਹੱਲ ਨਿਕਲ ਆਉ ਦੇਖੋ ਜੀ ਗੱਲ ਇਹ ਹੈ ਹੱਲ ਇਹਦਾ ਨਿਕਲਣਾ ਚਾਹੀਦਾ ਕਿਉਂਕਿ ਅਸੀਂ ਇੱਕ ਲੋਕਤੰਤਰ ਦੇਸ਼ ਦੇ ਵਾਸੀ ਆ ਲੋਕਤੰਤਰ اور ਸੰਵਿਧਾਨ ਨੇ ਸਾਨੂੰ 19 اے ਦੇ ਤਹਿਤ ਬਹੁਤ ਵੱਡੇ ਹੱਕ ਦਤੇ ਨੇ ਕਿ ਅਸੀਂ ਦਰਨਾ ਮੁਜ਼ਾਹਰਾ ਆਪਣੇ ਹੱਕਾਂ ਜਿਹੜੀਆਂ ਨੇ ਇਹ ਮੰਗ ਸਕਦੇ ਹਾਂ ਸਰਕਾਰ ਕੋਲ ਕਿਤੇ ਵੀ ਦਰਨਾ ਲਾ ਸਕਦੇ ਆ ਠੀਕ ਹੈ ਤਾਂ ਸਾਈਡਾਂ ਤੋਂ ਦਿਖਾਓ ਕਿ ਤੁਹਾੜਾ ਇਹ ਕੀ ਕਿਵੇਂ ਆ ਸਾਈਡਾਂ ਤੋਂ ਵੀ ਇਹ ਕਵਰ ਜੋ ਇਹ ਸਾਈਡ ਹੈ ਉਹ ਵੀ ਕਵਰ ਕਰੂਗੀ ਹਾਂਜੀ ਮਤਲਬ ਇਹ ਕਿ ਇਨਸਾਨ ਦੀ ਛਾਤੀ ਔਰ ਪੇਟ ਬਿਲਕੁਲ ਸੇਫ ਨੇ ਜੀ ਇਹਦੇ ਨਾਲ ਹਾਂਜੀ ਇੱਕ ਤੁਸੀਂ ਹੈਲਮਟ ਦੀ ਵੀ ਚਰਚਾ ਕੀਤੀ ਸੀਗੀ ਕਿ ਹੈਲਮਟ ਵੀ ਬਣਾਇਆ ਜਾਏਗਾ ਅੱਖਾਂ ਤੇ ਚਲੋ ਇੱਕ ਸਪੈਸ਼ਲ ਐਨਕਾ ਆ ਹੀ ਰਹੀ ਹੈ ਹੈਲਮਟ 'ਚ ਵੀ ਇਹ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਜਾਏਗਾ ਕਿ ਕੋਈ ਗੋਲੀ ਨਾ ਲੱਗੇ ਕੋਈ ਕੁੱਛ ਨਾ ਹਾਂਜੀ ਹਾਂਜੀ ਉਹ ਵੀ ਮੈਂ ਇੱਕ ਤਿਆਰ ਕਰਵਾ ਰਿਆਂ ਇੱਕ ਜਿਹੜੀ ਆਪਣੇ ਆ ਤੁਸੀਂ ਕਹਿ ਰਹੇ ਸੀ ਵੀ ਨਾਸਾ ਚ ਧੂਆਂ ਚੜਦਾ ਔਰ ਇਹ ਨਹੀਂ ਆਪਣਾ ਸਾਹ ਲੈਣ ਚ ਤਕਲੀਫ ਹੁੰਦੀ ਹੈ ਉਹ ਵੀ ਮੇਰੇ ਇੱਕ ਦਿਮਾਗ ਦੇ ਵਿੱਚ ਹੈ ਉਹ ਵੀ ਮੈਂ ਅਸੀ ਚੀਜ਼ ਤਿਆਰ ਕਰਕੇ ਦਿਾਵਾਂਗਾ ਕਿ ਇੰਡੀਆ ਦੇ ਵਿੱਚ ਭਾਵੇਂ 500 ਗੋਲੇ ਇੱਕ ਆਦਮੀ ਦੇ ਦੁੱਲੇ ਸੁੱਟੇ ਜਾਣਗੇ ਨਾ ਤਾਂ ਉਹਨੂੰ ਧੂਆਂ ਚੜੂਗਾ ਔਰ ਨਾ ਹੀ ਉਹਨੂੰ ਸਾਹ ਲੈਣ ਚ ਪ੍ਰੋਬਲਮ ਆਊਗੀ ਤਾ ਕਿਸਾਨਾਂ ਨੇ ਜੁਗਾੜ ਲਗਾ ਹੀ ਲਿਆ ਹੈ ਤਾਂ 6ਵਾਂ ਦਿਨ ਹੋ ਗਿਆ ਲਗਾਤਾਰ ਕਿਸਾਨ ਇੱਥੇ ਧਰਨੇ ਤੇ ਜੁਟੇ ਹੋਏ ਨੇ ਤੇ ਇੱਥੇ ਸ਼ਾਂਤੀਪੂਰਕ ਜਿਹੜਾ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਗੇ ਨਹੀਂ ਵਧੇ ਸਿਰਫ ਇੱਕ ਆਗੂਆਂ ਦੀ ਵੇਟ ਕਰ ਰਹੇ ਆ ਕਿ ਕਦੋਂ ਆਗੂ ਕਹਿਣ ਕਿ ਅਸੀਂ ਬਾਰਡਰ ਕਰਾਸ ਕਰੀਏ ਤਾਂ ਉਸ ਤੋਂ ਬਾਅਦ ਵਿੱਚ ਉਹ ਬਾਰਡਰ ਕਰਾਸ ਕਰਨਗੇ ਤਾਂ ਹੁਣ ਜਿਹੜਾ ਕਿਸਾਨਾਂ ਦੇ ਵਲੋਗ ਤਰ੍ਹਾਂ ਤਰ੍ਹਾਂ ਦੇ ਜੁਗਾੜ ਆਪਣੇ ਪੱਧਰ ਤੇ ਲਾਏ ਜਾ ਰਹੇ ਨੇ ਸ਼ਾਂਤੀਪੂਰਨ ਧਰਨੇ ਤੇ ਬੈਠੇ ਨੇ ਡੰਡਾ ਝੰਡਾ ਲੈ ਕੇ ਤੇ ਪਰ ਇਹਦੇ ਨਾਲ ਬਚਨ ਦੇ ਲਈ ਕਈ ਤਕਨੀਕਾਂ ਜਿਹੜੀਆਂ ਅਪਣਾਈਆਂ ਜਾ ਰਹੀਆਂ ਨੇ ਜਿਵੇਂ ਡਰੋਨ ਚਾਲਦੇ ਇਸ ਵੇ ਪਤੰਗ ਉਡਾਏ ਜਾਂਦੇ ਨੇ ਪਤੰਗਾ ਨਾਲ ਡਰੋਨ ਸਿੱਟੇ ਜਾਂਦੇ ਨੇ ਜੇਕਰ ਬੰਬ ਸਿੱਟੇ ਜਾਂਦੇ ਨੇ ਤਾਂ ਬੋੜੀਆਂ ਗੱਲੀਆਂ ਕਰਕੇ ਬੰਬਾਂ ਤੇ ਸੁੱਟੀਆਂ ਜਾਂਦੀਆਂ ਨੇ ਤੇ ਦੂਸਰੇ ਪਾਸੇ ਜੇਕਰ ਹੁਣ ਗੋਲੀਆਂ ਚੱਲਣਗੀਆਂ ਤਾਂ ਜੁਗਾੜ ਪਹਿਲਾਂ ਹੀ ਤਿਆਰ ਕੀਤਾ ਗਿਆ ਹੈ ਤੇ ਇਹਨਾਂ ਗੋਲੀਆਂ ਤੋਂ ਬਚਣ ਵਾਸਤੇ ਤਾਂ ਹੌਲੀ-ਹੌਲੀ ਅੱਗੇ ਕੀ ਜੁਗਾੜ ਲਗਾਏ ਜਾਂਦੇ ਨੇ ਤਾਂ ਹੋਰ ਵੀ ਨਵੀਆਂ ਤਕਨੀਕਾਂ ਕੀ ਕੱਢੀਆਂ ਜਾਂਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਕਿਸਾਨਾਂ ਦਾ ਤਾਂ ਨਾ ਸ਼ਾਂਤੀ ਹੋਈ ਪੂਰਕ ਇੱਥੇ ਚੱਲ ਰਿਹਾ ਹੈ ਤੇ ਅੱਜ ਮੀਟਿੰਗ ਦੇ ਵਿੱਚ ਫੈਸਲਾ ਹੋਏਗਾ ਆਰ ਜਾਂ ਪਾਰ ਦਾ ਜੇ ਮੀਟਿੰਗ ਦੇ ਵਿੱਚ ਮੰਗਾ ਜਿਹੜੀਆਂ ਮੰਨ ਲਈਆਂ ਜਾਂਦੀਆਂ ਨੇ ਤੇ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾਣਗੇ ਜੇ ਨਹੀਂ ਮੰਨੀਆਂ ਜਾਂਦੀਆਂ ਤਾਂ ਦਿੱਲੀ ਵੱਲ ਕੂਚ ਕਰਨਗੇ ਆਪਣੇ ਆਗੂਆਂ ਦੇ ਕਹਿਣ ਤੇ ਤਾਂ ਸ਼ੰਭੂ ਬਾੜੀ ਦੇ ਤਸਵੀਰਾਂ ਨੇ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਮੈ ਰੋ ਵਿਧੰਜਲ ਕੈਮਰਾਮੈਨ ਪ੍ਰਦੀਪ ਦੇ ਨਾਲ ਸ਼ੰਭੂ ਬਾਰਡਰ ਧੰਨਵਾਦ